ਨਗਰ ਕੌਂਸਲ ਮੋਰਿੰਡਾ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰਤ ਦਾ ਆਜ਼ਾਦੀ ਦਿਹਾੜਾ ਬੜੀ ਸ਼ਰਧਾ ਤੇ ਧੂਮਧਾਮ ਦੇ ਨਾਲ ਕੌਂਸਲ ਦੇ ਅਹਾਤੇ ਦੇ ਵਿੱਚ ਮਨਾਇਆ ਗਿਆ। ਨਗਰ ਕੌਂਸਲ ਦੇ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਨੇ ਸਵੇਰੇ 7:55 ਦੇ ਉੱਤੇ ਤਿਰੰਗਾ ਲਹਿਰਾ ਕੇ ਸਲਾਮੀ ਦਿੱਤੀ ਹੈ ਅਤੇ ਸਕੂਲ ਦੇ ਬੱਚਿਆਂ ਨੇ ਰਾਸ਼ਟਰੀ ਗੀਤ ਗਾਇਆ। ਉਪਰੰਤ ਰੰਗਾਰੰਗ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਵੱਖ ਵੱਖ ਸਕੂਲਾਂ ਦੇ ਬੱਚਿਆਂ ਦੇ ਵੱਲੋਂ ਕੌਮੀ, ਧਾਰਮਿਕ, ਸੱਭਿਆਚਾਰਕ ਅਤੇ ਦੇਸ਼ ਭਗਤੀ ਦੇ ਗੀਤ ਗਾ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ ਗਿਆ। ਨਗਰ ਕੌਂਸਲ ਦੇ ਮੀਤ ਪ੍ਰਧਾਨ ਰਾਜੇਸ਼ ਕੁਮਾਰ ਨੇ ਦੇਸ਼ ਵਾਸੀਆਂ ਨੂੰ 72ਵੇਂ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਨੇ ਅਤੇ ਸ਼ਹਿਰ ਦੇ ਵਿਕਾਸ ਦੇ ਲਈ ਆਪਣੀ ਵਚਨਬੱਧਤਾ ਵੀ ਦੁਹਰਾਈ ਹੈ। ਪ੍ਰਬੰਧਕਾਂ ਦੇ ਵੱਲੋਂ ਸਕੂਲੀ ਬੱਚਿਆਂ ਅਤੇ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ ਦੇ ਆਜ਼ਾਦੀ ਦੇ ਸ਼ੁਭ ਦਿਹਾੜੀ ਤੇ ਲੱਖ ਲੱਖ ਵਧਾਈ ਹੋਵੇ ਤੇ ਇੱਥੇ ਪਹੁੰਚੇ ਵੱਖ ਵੱਖ ਨੁਮਾਇੰਦਿਆਂ ਦੇ ਅਹੁਦੇਦਾਰ ਵੱਖ ਵੱਖ ਸਕੂਲਾਂ ਦਾ ਦਿਹਾੜਾ ਮਨਾ ਰਹੇ ਨੇ ਤੇ ਸਾਡੇ ਵਾਸਤੇ ਬਹੁਤ ਮਹੱਤਵਪੂਰਨ ਹੈ। ਲਗਭਗ 200 ਸਾਲ ਸਾਡੇ ਉੱਤੇ ਅੰਗਰੇਜ਼ ਰਾਜ ਕਰਕੇ ਗਏ ਸੀ ਤੇ ਬਹੁਤ ਸਾਰੇ ਲੋਕਾਂ ਦੀ ਕੁਰਬਾਨੀਆਂ ਤੋਂ ਬਾਅਦ ਇਹ ਸਾਨੂੰ ਆਜ਼ਾਦੀ ਮਿਲੀ ਹੈ। ਤੋ ਸਾਡਾ ਵੀ ਫਰਜ਼ ਚਾਹੀਦਾ, ਸਾਡਾ ਹੀ ਫਰਜ਼ ਬਣਦਾ ਕਿ ਦੇਸ਼ ਪ੍ਰਤੀ ਅਸੀਂ ਵੀ ਕੁਛ ਨਾ ਕੁਛ ਕਰੀਏ। ਸੋ ਆਪ ਜੀ ਨੂੰ ਇੱਥੇ ਪਹੁੰਚਣ ਦੇ ਆਪ ਜੀ ਦਾ ਜੀ ਆਇਆ ਕਰਦੇ ਹਾਂ ਤੇ ਸਾਡੇ ਸ਼ਹਿਰ ਦੇ ਵਿੱਚ ਜਿੰਨੇ ਵੀ ਸਾਡੇ ਸਟਾਫ ਮੈਂਬਰ ਲਾ ਲਓ, MC ਸਾਹਿਬਾਨ ਲਾ ਲਓ, ਸਭ ਦੇ ਸਹਿਯੋਗ ਨਾਲ ਅਸੀਂ ਜੋ ਕੁਛ ਦਿਨ ਪਹਿਲਾਂ ਸ਼ਹਿਰ ਦੇ ਕੰਮ ਕਰਨ ਦਾ ਬੀੜਾ ਚੱਕਿਆ ਹੈ। ਪਹਿਲਾਂ ਤਾਂ ਮੈਂ ਆਪ ਜੀ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਮੈਨੂੰ ਮੀਤ ਪ੍ਰਧਾਨ ਬਣਾਉਣ 'ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਅਤੇ ਸਾਡੇ ਸਤਿਕਾਰਯੋਗ PO ਸਾਹਿਬ ਰਜੇਸ਼ ਜੀ ਬਹੁਤ ਹੀ ਵਧੀਆ ਇਨਸਾਨ ਨੇ, ਸਾਨੂੰ ਗਾਈਡ ਕਰਦੇ ਰਹਿੰਦੇ ਨੇ ਵੀ ਕੀ ਕੰਮ ਕਰਨੇ ਚਾਹੀਦੇ, ਸਾਨੂੰ ਕੀ ਕੰਮ ਨਹੀਂ ਕਰਨੇ ਚਾਹੀਦੇ। ਤੋ ਇਹਨਾਂ ਦੇ ਨਾਲ ਲੱਗਦੇ ਹੋਏ ਸਾਡੇ ਸ਼ਹਿਰ ਦੇ ਵਿੱਚ ਆਉਣ ਵਾਲੇ ਟਾਈਮ ਵਿੱਚ ਅਸੀਂ ਘੱਟੋ ਘੱਟ 5 ਕਰੋੜ ਦੇ ਕੰਮ ਮੋਰਿੰਡਾ ਸ਼ਹਿਰ ਨੂੰ ਕਰਵਾਉਣੇ ਨੇ। ਰਹੀ ਗੱਲ ਸਵੱਛ ਭਾਰਤ ਦੀ, ਆਪਣੇ ਸ਼ਹਿਰ ਦਾ ਪੂਰੇ ਪੰਜਾਬ ਦੇ ਵਿੱਚ 17ਵਾਂ ਰਹਿ ਗਿਆ ਅਤੇ ਜ਼ਿਲ੍ਹੇ ਦੇ ਵਿੱਚ ਸਫਾਈ ਦੇ ਮਾਮਲੇ ਵਿੱਚ ਅਸੀਂ ਪਹਿਲੇ ਸਥਾਨ 'ਤੇ ਨੇ ਅਤੇ ਅਸੀਂ ਪੰਜਾਬ ਦੇ ਵਿੱਚ ਵੀ ਇਸ ਤਰੀਕੇ ਦਾ ਕੰਮ ਕਰਕੇ ਦਿਖਾਵਾਂਗੇ, ਸਫਾਈ ਦੇ ਵਿੱਚ ਅਸੀਂ ਪਹਿਲੇ ਸਥਾਨ 'ਤੇ ਆਈਏ। ਤੁਹਾਨੂੰ ਦੱਸ ਦਈਏ ਕਿ ਨਗਰ ਕੌਂਸਲ ਦੇ ਵਿੱਚ ਤਿਰੰਗਾ ਲਹਿਰਾਉਣ ਦੇ ਮੌਕੇ ਦੇ ਉੱਤੇ ਹਰ ਸਾਲ ਪੁਲਿਸ ਦੀ 5 ਮੈਂਬਰੀ ਟੁਕੜੀ ਦੇ ਵੱਲੋਂ ਰਾਸ਼ਟਰੀ ਤਿਰੰਗੇ ਨੂੰ ਸਲਾਮੀ ਦਿੱਤੀ ਜਾਂਦੀ ਹੈ, ਪਰੰਤੂ ਇਸ ਸਾਲ ਕੋਈ ਵੀ ਪੁਲਿਸ ਅਧਿਕਾਰੀ ਤਿਰੰਗੇ ਨੂੰ ਸਲਾਮੀ ਦੇਣ ਦੇ ਲਈ ਉੱਥੇ ਨਾ ਪੁੱਜਿਆ। ਇਸ ਮੌਕੇ ਦੇ ਉੱਤੇ ਜਦੋਂ ਇਸ ਬਾਰੇ ਦੇ ਵਿੱਚ ਨਗਰ ਕੌਂਸਲ ਮੋਰਿੰਡਾ ਦੇ ਕਾਰਜ ਸਾਧਕ ਅਫਸਰ ਰਾਜੇਸ਼ ਕੁਮਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹ ਇਸ ਸਾਰੇ ਮਾਮਲੇ ਦੀ ਲਿਖਤੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਦੇਣਗੇ। ਉਹਦੇ ਵਿੱਚ ਹੈ ਜੀ, ਸਾਡੇ ਵੱਲੋਂ ਜਿਹੜਾ ਦਫ਼ਤਰ ਵੱਲੋਂ ਲਿਖਤੀ ਤੌਰ 'ਤੇ ਝੰਡਾ ਬੰਨ੍ਹਣ ਲਈ ਵੀ ਔਰ ਜਿਹੜੀ ਉਹਦੀ ਸਲਾਮੀ ਲਈ ਵੀ ਜਿਹੜੀ ਹੈਗੀ ਥਾਣੇ ਨੂੰ ਲਿਖ ਕੇ ਭੇਜਿਆ ਹੋਇਆ ਹੈ ਔਰ ਬੜਾ ਟਾਈਮਲੀ 6 ਤਰੀਕ ਦਾ ਜਿਹੜਾ ਹੈਗਾ ਲਿਖ ਕੇ ਭੇਜਿਆ ਹੋਇਆ ਅਤੇ ਉਹਨਾਂ ਦੇ ਵੱਲੋਂ ਜਿਹੜੀ ਪੁਲਿਸ ਵਾਲੇ ਕਰਮਚਾਰੀ ਆਏ ਸੀਗੇ ਉਹ ਲੇਟ ਆਏ, ਲੇਕਿਨ ਅਸੀਂ ਟਾਈਮਲੀ ਜਿਹੜਾ ਹੈਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰ ਦਿੱਤੀ। ਅਤੇ ਹੁਣ ਕੋਈ ਕਾਰਵਾਈ ਸਰ ਉਹਦੇ ਬਾਰੇ SHO ਸਾਹਿਬ ਨੂੰ ਮਤਲਬ ਲਿਖ ਕੇ ਭੇਜਿਆ ਜਾਵੇਗਾ ਕਿ ਟਾਈਮ 'ਤੇ ਜਿਹੜੀ ਹੈ ਉਹਨਾਂ ਦਾ ਪੁਲਿਸ ਟੀਮ ਜਿਹੜੀ ਹੈ ਝੰਡਾ ਲਹਿਰਾਉਣ ਦੀ ਰਸਮ ਨਹੀਂ ਪਹੁੰਚੀ। ਅੱਜ ਜਿਹੜਾ ਹੈਗਾ 72ਵੀਂ ਵਰ੍ਹੇਗੰਢ ਜਿਹੜੀ ਹੈ ਆਜ਼ਾਦੀ ਦਿਵਸ ਦੀ ਆਪਾਂ ਨਗਰ ਕੌਂਸਲ ਮੋਰਿੰਡਾ ਦੇ ਵਿੱਚ ਸ਼ਹਿਰ ਲੈਵਲ 'ਤੇ ਮਨਾਈ ਗਈ ਹੈ ਜਿਹਦੇ 'ਚ ਬਹੁਤ ਹੀ ਸਤਿਕਾਰਯੋਗ ਨਗਰ ਕੌਂਸਲ ਦੇ ਪ੍ਰਧਾਨ ਜਿਨ੍ਹਾਂ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਹੈ, ਉਹਨਾਂ ਨਾਲ ਸਾਡੇ ਕੌਂਸਲਰ ਸਾਹਿਬਾਨ, ਸ਼ਹਿਰ ਦੇ ਬੁੱਧੀਜੀਵੀ, ਸ਼ਹਿਰ ਦੀ ਸਾਰੀ ਪ੍ਰੈਸ ਔਰ ਜਿਹੜੇ ਸ਼ਹਿਰ ਦੇ ਬੱਚੇ ਹੋਰ ਬਹੁਤ ਸ਼ਹਿਰ ਦੇ ਸਮਾਜ ਸੇਵੀ ਲੋਕਾਂ ਨੇ ਇਸ ਸ਼ਮੂਲੀਅਤ ਕੀਤੀ ਹੈ ਅਤੇ ਮੈਂ ਨਗਰ ਕੌਂਸਲ ਵੱਲੋਂ ਉਹਨਾਂ ਸਾਰਿਆਂ ਦਾ ਦਫ਼ਤਰਾਂ 'ਤੇ ਧੰਨਵਾਦੀ ਹਾਂ ਅਤੇ ਬਹੁਤ ਹੀ ਅੱਛਾ ਪ੍ਰੋਗਰਾਮ ਜਿਹੜਾ ਅੱਜ ਦਾ ਰਿਹਾ। ਮੋਰਿੰਡਾ ਤੋਂ ਹਰਜਿੰਦਰ ਸਿੰਘ ਛਿੱਬੜ ਦੀ ਰਿਪੋਰਟ, ਪਹਿਰੇਦਾਰ TV।